ਬੇਨਤੀ ਹੈ ਜੀ, ਜਿੱਥੇ ਵੀ ਕਿਤੇ ਸਿੱਖ ਦੇ ਉੱਤੇ ਸਿੱਖ ਹੋਣ ਕਰਕੇ ਅਤੇ ਉਹਦੇ ਵੱਲੋਂ ਧਰਮ ਦੀ ਖਾਤਰ ਕੌਮ ਦੀ ਖਾਤਰ ਚੁੱਕੇ ਕਦਮ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਬਰ ਹੁੰਦਾ ਹੈ, ਸਰਕਾਰਾਂ ਜ਼ਬਰ ਕਰਦੀਆਂ ਨੇ, ਉੱਥੇ ਸਿੱਖ ਪੰਥ ਨੂੰ ਇਕੱਠਿਆਂ ਹੋਣਾ ਚਾਹੀਦਾ, ਇੱਕਮੁੱਠ ਹੋਣਾ ਚਾਹੀਦਾ। ਔਰ ਸਾਲ ਹੋ ਚੱਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ, ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ 'ਚ NSA ਦੇ ਅਧੀਨ ਬੰਦ ਕੀਤਾ ਗਿਆ, ਔਰ NSA ਤੁਸੀਂ ਲਾਤੀ ਕਿ NSA ਲਾਉਣ ਵਾਲੇ ਨੂੰ ਡਿਬਰੂਗੜ੍ਹ ਸੁੱਟਣਾ ਜ਼ਰੂਰੀ? ਕੀ ਪੰਜਾਬ 'ਚ NSA ਵਾਲੇ ਬੰਦ ਨਹੀਂ ਕੀਤੇ ਜਾ ਸਕਦੇ? ਇੱਕ ਤਾਂ ਸਰਕਾਰ ਇਹ ਸਪਸ਼ਟ ਕਰਦੇ, ਦੂਜੀ ਗੱਲ ਜਿਹੜੀ ਹੈ ਪਰਿਵਾਰ ਦੀ ਜਾਂ ਪੰਥ ਦੀ ਜਾਂ ਜਿਹੜੇ ਵੀ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋ ਰਹੇ ਨੇ, ਸਾਰਿਆਂ ਦੀ ਇੱਕੋ ਮੰਗ ਹੈ ਕਿ ਭਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰ ਦਿਓ, ਕੇਸ ਚਲਾਉਣਾ ਜੰਮ ਜੰਮ ਕੇ ਚਲਾਉਣਾ, ਇਹ ਤਾਂ ਕੋਈ ਵੱਡੀ ਮੰਗ ਨਹੀਂ ਗੀ। ਇਹਦੇ ਬਾਵਜੂਦ ਵੀ ਜੇ ਤੁਸੀਂ ਨਹੀਂ ਮੰਨਦੇ, ਇਹਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੇ, ਭਾਵੇਂ ਉਸ ਪੱਖੋਂ ਪਹਿਲਾਂ ਵੀ ਕਸਰ ਕੋਈ ਨਹੀਂ, ਪਰ ਤੁਸੀਂ ਅਜਿਹਾ ਨਾ ਮੰਨ ਕੇ ਕੀ ਮਹਿਸੂਸ ਕਰਾਉਣਾ ਚਾਹੁੰਦੇ? ਅਤੇ ਜੇ ਤੁਸੀਂ ਇਹ ਮੰਗ ਮੰਨ ਲਓਗੇ ਪੰਜਾਬ ਤਬਦੀਲ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ, ਫਿਰ ਤੁਹਾਡਾ ਕੀ ਵਿਗੜ ਜੂ? ਸਪਸ਼ਟ ਕਰ ਦਿਓ ਲੋਕਾਂ ਨੂੰ, ਠੀਕ ਹੈ ਨਾ। ਡਿਬਰੂਗੜ੍ਹ 3000 ਕਿਲੋਮੀਟਰ ਦੇ ਉੱਤੇ ਤੁਸੀਂ ਬੰਦ ਕੀਤਾ ਹੋਇਆ ਆ, ਇਸ ਕਰਕੇ ਜਿਹੜਾ ਆ ਜਿੱਥੇ ਵੀ ਕਿਤੇ ਜਾਤੀ ਹੋਊ ਔਰ ਕਿਸੇ ਸਿੱਖ ਦੇ ਨਾਲ, ਉਹਦੇ ਸਿੱਖ ਹੋਣ ਕਰਕੇ, ਉਹਦੇ ਪੰਥਕ ਹੋਣ ਕਰਕੇ ਔਰ ਧਰਮ ਦੇ ਲਈ ਚੁੱਕੇ ਕਦਮ ਕਰਕੇ, ਉੱਥੇ ਜਿਹੜਾ ਮੇਰੇ ਵਰਗੇ ਔਰ ਜਿਹੜੇ ਪੰਥਕ ਲੋਕ ਨੇ ਉਹ ਜ਼ਰੂਰ ਉਸ ਸੰਘਰਸ਼ ਦਾ, ਉਹਨਾਂ ਧਰਨਿਆਂ ਦਾ, ਉਸ ਆਵਾਜ਼ ਦਾ ਹਿੱਸਾ ਬਣਨਗੇ ਅਤੇ ਬਣਦੇ ਰਹਿਣਗੇ। ਅਤੇ ਸਰ ਇੱਕ ਹੋਰ ਸਵਾਲ ਹੈ ਕਿ ਉਹਨਾਂ ਨੇ ਕਿਹਾ ਕਿ 21 ਦਿਨਾਂ ਦੇ ਵਿੱਚ ਜਿਹੜਾ ਹੈ ਕਿ ਉਹਨਾਂ ਨਾਲ ਮੀਟਿੰਗ ਹੋਈ ਹੈ ਪਰਿਵਾਰਕ ਮੈਂਬਰਾਂ ਦੀ, ਉੱਥੇ ਜਿਹੜੇ 21 ਦਿਨਾਂ 'ਚ ਹੱਲ ਕੱਢਣ ਦੀ ਗੱਲ ਕਹਿ ਰਹੇ ਹੈ? ਨਹੀਂ, ਉਹ ਤਾਂ ਪਰਿਵਾਰ ਦੀ ਮੰਗ ਹੈ ਨਾ ਜੀ। ਹੁਣ ਤੁਸੀਂ ਦੇਖੋ ਵੀ 16 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਜੇਲ੍ਹ ਦੇ ਅੰਦਰ ਭੁੱਖ ਹੜਤਾਲ 'ਤੇ, ਔਰ ਦੂਸਰੇ ਬੰਨੇ ਪਰਿਵਾਰਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕਰਤੀ। ਅਤੇ ਜੇ ਹੁਣ ਤੁਸੀਂ ਦੇਖੋ ਲਗਭਗ 2 ਹਫ਼ਤੇ ਹੋ ਚੱਲੇ ਹੈ, ਤਾਂ ਸਰੀਰ ਦੀ ਸਮਰੱਥਾ ਕਿੰਨੀ ਕੁ ਹੁੰਦੀ? ਤਾਂ ਸਰਕਾਰਾਂ 'ਤੇ ਅਸਰ ਹੀ ਕੋਈ ਨਹੀਂ ਗਿਆ। ਹਾਂਜੀ, ਉਹ ਜਿਹੜਾ ਆ ਬੜਾ ਸੀਰੀਅਸ ਮੈਟਰ ਆ, ਇਹਨੂੰ ਸੀਰੀਅਸ ਹੋ ਕੇ ਗੰਭੀਰਤਾ ਨਾਲ ਜਿਹੜੀਆਂ ਸਰਕਾਰਾਂ ਨੇ, ਖਾਸ ਕਰਕੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਇਸ ਕੇਸ ਨੂੰ ਡੀਲ ਕਰ ਰਹੀਆਂ ਨੇ, ਉਹਨਾਂ ਨੂੰ ਸਿੱਖ ਭਾਵਨਾਵਾਂ ਦੇ ਅਨੁਸਾਰ ਵੀ ਅਤੇ ਮਨੁੱਖਤਾ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਇਹ ਕਦਮ ਜਿਹੜਾ ਆ ਚੁੱਕਣਾ ਚਾਹੀਦਾ। ਤੁਹਾਨੂੰ ਉੱਥੇ ਜਥੇਬੰਦੀਆਂ ਨੂੰ ਅੱਜ ਕੀ ਕਿਹਾ ਗਿਆ ਖਾਸ ਤੌਰ 'ਤੇ, ਕੀ ਤੁਹਾਨੂੰ ਕੀ ਲੈ ਕੇ ਤੁਸੀਂ ਉੱਥੇ ਕੰਮ ਕਰੋ? ਨਹੀਂ, ਉਹ ਤਾਂ ਸਾਰਿਆਂ ਦੀ ਜੀ ਪਰਿਵਾਰ ਦੀ ਜਾਂ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਦੀ ਇੱਕੋ ਮੰਗ ਹੀ ਹੈ ਕਿ ਪੰਥ ਜਿਹੜਾ ਆ ਡਟ ਕੇ ਸਾਹ ਦੇਵੇ, ਡਟ ਕੇ ਆਵਾਜ਼ ਉਠਾਵੇ। ਔਰ ਕਿਉਂਕਿ ਮੈਂ ਸਤਿ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇਸ ਵਿਚਾਰ ਵਟਾਂਦਰਾ ਕਰਕੇ ਹੀ ਇੱਥੇ ਆਇਆ ਸੀ, ਉਹਨਾਂ ਨੇ ਕਿਹਾ ਸੀਗਾ ਕਿ ਪਰਿਵਾਰ ਨੂੰ ਵੀ ਜਾਂ ਉੱਥੇ
ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਵਿਸ਼ਵਾਸ ਜ਼ਰੂਰ ਦਿਵਾਉਣਾ ਕਿ ਅਸੀਂ ਉਹਨਾਂ ਦੇ ਨਾਲ ਹਾਂ ਸਾਰੇ। ਇਸ ਕਰਕੇ ਜਿਹੜਾ ਆ ਮੇਰੇ ਤਾਂ ਇਹੀ ਬੇਨਤੀ ਹੈ ਕਿ ਭਾਈ ਇੱਕਜੁੱਟ ਹੋਵੋ, ਇੱਕ ਮਤ ਹੋਵੋ, ਆਪਸੀ ਈਰਖਾ ਛੱਡ ਕੇ, ਆਪਸੀ ਦਵੈਸ਼ ਛੱਡ ਕੇ ਜਿਹਦਾ ਫਾਇਦਾ ਵਿਰੋਧੀ ਉਠਾਉਂਦੇ ਨੇ ਉਹਦੇ ਤੋਂ ਬਚੋ। ਐਨਸੀਪੀਸੀ ਵੱਲੋਂ ਚਿੱਠੀ ਵੀ ਲਿਖੀ ਗਈ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ, ਗਲਤ ਅਗਲਿਆਂ 'ਤੇ ਅਸਰ ਦੀ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਫੋਨ 'ਤੇ ਟਾਈਮ ਮੰਗਦਾ ਸੀਗਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਤੁਰਤ ਟਾਈਮ ਦਿੰਦੇ ਸੀ। ਹੁਣ ਮੇਰਾ ਖਿਆਲ ਹੈ ਕਿ ਵਾਰ ਵਾਰ ਚਿੱਠੀਆਂ ਲਿਖੀਆਂ, ਗਿਣਤੀ ਕੋਈ ਨਹੀਂ, ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋਈ ਟਾਈਮ ਹੀ ਨਹੀਂ ਦਿੰਦਾ। ਈਵਨ ਕਿ ਜਿਹੜਾ ਇੱਕ ਛੋਟਾ ਜਿਹਾ ਮੁੱਖ ਮੰਤਰੀ ਹੈ ਕੇਜਰੀਵਾਲ, ਉਹਨੇ ਵੀ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਆ, ਗੇਟ 'ਤੇ ਚਲੇ ਗਿਆ ਨੂੰ ਮੋੜਿਆ ਵਾਪਸ, ਗੇਟ ਵੀ ਨਹੀਂ ਖੋਲਿਆ ਜੀ। ਉੱਥੇ ਕੀ ਕਰੋਗੇ ਤੁਸੀਂ ਇਹਨਾਂ ਲੋਕਾਂ ਦੀ ਸੋਚ ਦਾ? ਸਰ ਤੁਸੀਂ ਇਹ ਦੌਰ ਦੇਖਿਆ ਕਿੰਨਾ ਔਖਾ ਹੈ ਕਿ NSA ਦੇ ਹੁਣ ਇੱਕ ਸਾਲ ਅਤੇ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨਾ, ਕਿਉਂਕਿ ਤੁਸੀਂ ਕੀ? ਨਹੀਂ ਨਹੀਂ, ਮੈਂ ਤਾਂ ਦੇਖੋ NSA, ਮੈਂ 3 ਸਾਲ NSA ਕੱਟੀ, ਜਦੋਂ ਪਹਿਲੀ ਕੱਟੀ ਸੀ ਉਦੋਂ 2 ਸਾਲ ਦੀ ਹੁੰਦੀ ਸੀ, ਜੋ ਦੂਜੀ ਵਾਰ ਮੇਰੇ 'ਤੇ ਲੱਗੀ ਸੀ 92 ਦੇ ਵਿੱਚ ਸਟਾਰਟਿੰਗ 'ਚ, ਉਹ 1 ਸਾਲ ਦੀ ਸੀ। ਜਿਹੜੀ ਪਹਿਲੀ ਸੀ ਉਹ ਤਾਂ ਚਲੋ ਮੈਂ ਜੋਧਪੁਰ ਜੇਲ੍ਹ 'ਚ ਕੱਟੀ ਸੀ, ਜਿਹੜੀ ਦੂਜੀ ਸੀਗੀ ਉਹ ਮੈਂ ਅੰਮ੍ਰਿਤਸਰ ਜੇਲ੍ਹ 'ਚ ਕੀਤੀ ਸੀ। ਇਹ ਤਾਂ ਹੈ ਨਹੀਂ ਗਾ ਕਿ NSA ਹੈ ਅਤੇ ਉਹਨੂੰ ਪੰਜਾਬੋਂ ਬਾਹਰ ਹੀ ਸੁੱਟਣਾ ਕੋਈ ਜ਼ਰੂਰੀ ਹੈ, ਇਹ ਕੋਈ ਕਾਨੂੰਨ ਕਹਿੰਦਾ ਆ, ਅਜਿਹਾ ਨਹੀਂ। ਤੁਸੀਂ NSA ਲਾਈ ਹੈ ਪੰਜਾਬ ਦੀ ਜੇਲ੍ਹ 'ਚ, ਕਿਸੇ 'ਚ ਵੀ ਰੱਖ ਸਕਦੇ ਜੀ? ਰੱਖ ਸਕਦੇ ਨਹੀਂ, ਤਾਂ ਬਿਲਕੁਲ ਤੁਹਾਡੀ ਡਿਮਾਂਡ ਹੈ। ਜੇ ਨਹੀਂ ਮੰਗ ਨਹੀਂ ਜਾਂਦੀ ਤਾਂ ਫਿਰ ਕੀ ਹੱਲ ਹੈ? ਇਹ ਤਾਂ ਫਿਰ ਜਿਹੜੇ ਪ੍ਰਬੰਧਕ ਨੇ, ਜਿਹੜੇ ਆਗੂ ਨੇ ਇਸ ਧਰਨੇ ਦੇ, ਇਸ ਸਭ ਦੇ, ਜੋ ਕਦਮ ਚੁੱਕਣਗੇ ਸਾਰੇ ਨਾਲ।